ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is write a Pythagorean triplet whose one member is 14. ਸਾਨੂੰ ਇੱਕ ਮੈਂਬਰ ਦਿੱਤਾ ਗਿਆ, ਸਾਨੂੰ ਪੂਰੀ ਟ੍ਰਿਪਲੇਟ ਲਿਖਣੀ ਹੈ, ਠੀਕ ਹੈ। ਤਾਂ ਜਨਰਲ ਫਾਰਮ ਕੀ ਹੁੰਦੀ ਹੈ ਪਾਇਥਾਗੋਰੀਅਨ ਟ੍ਰਿਪਲੇਟ ਦੀ? ਕੀ ਹੁੰਦੀ ਹੈ ਸਾਡੀ? 2m m square minus 1 ਤੇ m square plus 1, ਠੀਕ ਹੈ। ਇਹ ਸਾਡੀ ਜਨਰਲ ਫਾਰਮ ਹੈ ਟ੍ਰਿਪਲੇਟ ਦੀ, ਠੀਕ ਹੈ। ਹੁਣ ਸਾਨੂੰ 1 ਮੈਂਬਰ ਕੀ ਦਿੱਤਾ ਗਿਆ ਹੈ? 1 ਮੈਂਬਰ 14 ਦਿੱਤਾ ਗਿਆ ਹੈ, ਠੀਕ ਹੈ। ਤਾਂ ਹੁਣ ਅਸੀਂ ਇਸ ਨੂੰ ਇਕੁਅਲ ਰੱਖ ਕੇ ਦੇਖਦੇ ਹਾਂ। ਸਪੋਜ਼ ਪਹਿਲਾਂ m square minus 1 is equals to 14, ਠੀਕ ਹੈ। ਤਾਂ ਇਥੋਂ m square ਦੀ ਵੈਲਿਊ ਕੀ ਆ ਜਾਏਗੀ? 15, ਜੋ ਕਿ ਪਰਫੈਕਟ ਸਕੁਅਰ ਨਹੀਂ ਹੈ, ਠੀਕ ਹੈ। ਯਾਨੀ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਕੰਪਲੀਟ ਨੰਬਰ ਚਾਹੀਦਾ ਸਾਨੂੰ, ਠੀਕ ਹੈ। ਇਹ ਰੂਟ ਵਿੱਚ ਆ ਜਾਊਗੀ ਵੈਲਿਊ, ਤਾਂ ਇਹ ਨਹੀਂ ਹੋ ਸਕਦਾ। ਅਗਲਾ ਲਿਖਦੇ ਹਾਂ m square plus 1 is equals to 14, ਠੀਕ ਹੈ। ਤਾਂ m square ਦੀ ਵੈਲਿਊ ਕੀ ਆ ਜਾਏਗੀ? ਪਲੱਸ, ਉੱਧਰ ਜਾ ਕੇ ਮਾਈਨਸ ਹੋ ਜਾਊਗਾ, ਯਾਨੀ ਕਿ 13 ਆ ਜਾਊਗੀ। ਤਾਂ 13 ਵੀ, ਮਤਲਬ 13 ਵੀ ਇੱਕ ਪਰਫੈਕਟ ਸਕੁਅਰ ਨਹੀਂ ਹੈਗਾ, ਤਾਂ ਇਹ ਵੀ ਨਹੀਂ ਹੋ ਸਕਦੀ, ਠੀਕ ਹੈ। ਉਸ ਤੋਂ ਬਾਅਦ ਕੀ ਬਚਿਆ ਸਾਡੇ ਕੋਲ? 2m, ਠੀਕ ਹੈ। 2m ਵੀ ਅਸੀਂ ਕਿਹਦੇ ਕੋਲ ਲਿਖਿਆ? 14 ਦੇ, ਠੀਕ ਹੈ। m ਦੀ ਵੈਲਿਊ ਕੀ ਆ ਗਈ ਸਾਡੀ? 7, ਠੀਕ ਹੈ। ਹੁਣ m ਦੀ ਵੈਲਿਊ 7 ਆ ਗਈ, ਠੀਕ ਹੈ। ਹੁਣ ਅਸੀਂ ਇਸ ਨੂੰ ਪੁੱਟ ਕਰਦੇ ਹਾਂ ਇਹਨਾਂ ਵਿੱਚ, ਠੀਕ ਹੈ। m square minus 1, ਯਾਨੀ ਕਿ 7 ਦਾ square minus 1, ਠੀਕ ਹੈ। ਯਾਨੀ ਕਿ 49 minus 1 ਕੀ ਆ ਜਾਏਗਾ? 48, ਠੀਕ ਹੈ। ਤੇ ਅੱਗੇ ਕਰਦੇ ਹਾਂ ਇਸਨੂੰ ਸੋਲਵ। m square plus 1, ਠੀਕ ਹੈ, ਯਾਨੀ ਕਿ 7 ਦਾ ਸਕੁਅਰ ਪਲੱਸ 1, ਇਹ ਕੀ ਆ ਜਾਏਗਾ? 49 ਪਲੱਸ 1, 50 ਆ ਗਿਆ, ਠੀਕ ਹੈ। ਤਾਂ ਸਾਡੀ ਟ੍ਰਿਪਲੇਟ ਆ ਗਈ। ਸਾਡੀ ਟ੍ਰਿਪਲੇਟ ਵਿੱਚ ਕੀ ਕੀ ਆਏਗਾ? 14, ਠੀਕ ਹੈ, 2mc 14, ਕੋਮਾ m square minus 1 ਕੀ ਹੈ? 48, ਕੋਮਾ m square plus 1 ਕੀ ਹੈ? 50, ਠੀਕ ਹੈ। ਇਹ ਸਾਡਾ ਕੀ ਹੈ? ਟ੍ਰਿਪਲੇਟ ਹੈ, ਠੀਕ ਹੈ, ਪਾਇਥਾਗੋਰੀਅਨ ਟ੍ਰਿਪਲੇਟ। ਇਹ ਸਾਨੂੰ ਫਾਈਂਡ ਆਊਟ ਕਰਨਾ ਸੀ। ਸਾਡਾ ਆਨਸਰ ਹੈ। ਥੈਂਕ ਯੂ।